दोस्तों इस समय असी नवांशहर खटकड़ कलां विखे मौजूद हाँ। पिछे तुहानू बिल्कुल मेरे शहीद आजम सरदार भगत सिंह जी की प्रतिमा नज़र आ रही है। वो जज्बा वो जोश इत्थे आके जिहड़ा सानू मिलदा है, जिहड़ी ताकत मिलदी है कि किवें बेइंसाफी दे खिलाफ लड़ना है, लोकां दी किवें आवाज़ बनना है। पर अज एक बच्ची दे नाल तुहानू मिलाउणा है, नौवीं क्लास की विद्यार्थन है जिहदे अंदर जज्बा बहुत है और साडे फ्रीडम फाइटर्स जिन्हां देश की खातर अपना सब कुछ निशावर कर दिता, इत्थों तक कि जान भी निशावर कर दिती है, उन्हां दी इस बेटी ने रंगोली बनाई हुई है। 18 फ्रीडम फाइटर्स की रंगोली बनाई हुई है। पिछले तकरीबन 10 दिन की मेहनत है, कड़ी मेहनत है, कड़ी तपस्या है। शिक्षक देख रहे हैं, जरूर शलाघा करनगे। जिहड़े NRIs ने वो भी दीक्षा दी जरूर उन्हें एप्रीशिएट करो, क्योंकि पहला प्रोग्राम यह कि चिल्ड्रनस डे के उत्ते इत्थे DC साहब पहुँचन, पर फिर बारिश आ जाण करके जिहड़ी थोड़ी दिक्कत आ गई है। इधर माणयोग PM नरेंद्र मोदी जी, माणयोग CM भगवंत मान जी, उन्हां दीआं तस्वीरां वी जिहड़ियां तुसीं देख सकते हो जो रंगोली दे नाल बनाईआं गईआं दीक्षा वल्लों। अच्छा दीक्षा जी, अज वीडियो साडी देख के कल CM भगवंत मान आप ही आ जांदे फिर बहुत वधिया आउंदा। मैं तां खुद कहिनी उह इत्थे आ जाणे देखण, है ना, मैं इन्नी मेहनत कीती उह देखण खुद। ਦੇਖੋ ਉਹਨਾਂ ਦਾ ਦਿਲ ਵੀ ਇੱਕ ਕਲਾਕਾਰ ਵਾਲਾ ਦਿਲ ਹੈ। ਹਾਂਜੀ ਆ ਵੀ ਸਕਦੇ ਆ ਦੇਖ ਕੇ। ਹਾਂਜੀ ਪਤਾ ਨਹੀਂ ਹਣ, ਕਲਾਕਾਰ ਦਾ ਦਿਲ ਬਹੁਤ ਕੋਮਲ ਹੁੰਦਾ ਹੈ। ਹਾਂਜੀ ਭਗਤ ਸਿੰਘ ਜੀ ਦੀ ਤੁਸੀਂ ਜਿਹੜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਰੰਗੋਲੀ ਤੁਸੀਂ ਬਣਾਈ ਹੋਈ ਹੈ। ਵੀਰ ਸਵਰਕਰ ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ, ਦਾਦਾ ਭਾਈ ਨਰੋਜੀ, ਉਧਰ ਉਹ ਦੱਸ ਝਾਂਸੀ ਕੀ ਰਾਣੀ, ਰਾਣੀ ਝਾਂਸੀ। ਹਾਂਜੀ ਮਹਾਤਮਾ ਗਾਂਧੀ ਜੀ ਇੱਧਰ, ਦਾਦਾ ਭਾਈ ਨਰੋਜੀ। ਅੱਛਾ ਤੁਸੀਂ ਇਹਨਾਂ ਸਾਰਿਆਂ ਦੀ ਜੀਵਨੀਆਂ ਪੜ੍ਹੀਆਂ? ਹਾਂਜੀ ਥੋੜ੍ਹੀਆਂ ਪੜ੍ਹਦੀ ਪਈ ਸੀਗੀ, ਮਤਲਬ ਮੈਨੂੰ ਪਤਾ ਆ ਥੋੜ੍ਹੇ ਬਹੁਤੇ ਨੇਤਾ ਹੋ ਗਏ ਜਿਹੜੇ, ਇਹਨਾਂ ਦੇ ਨੋਸ਼ਨਸ ਪਤਾ ਆ। ਹਾਂਜੀ ਪਤਾ ਮੈਨੂੰ ਕਿ ਕੀ ਕਹਿਣਾ ਚਾਹੁੰਦੇ ਸੀਗੇ। ਇਹਨਾਂ ਸਾਡੇ ਸੰਵਿਧਾਨ ਲਾਗੂ ਕੀਤੇ ਸੀ, ਸਾਨੂੰ ਹੱਕ ਦਵਾਏ ਆ ਸਾਡੇ ਸੰਵਿਧਾਨ ਨਿਰਮਾਤਾ। ਹਾਂਜੀ ਡਾਕਟਰ B.R. ਅੰਬੇਦਕਰ ਸਾਹਿਬ। ਉਧਰ ਚੰਦਰ ਸ਼ੇਖਰ ਆਜ਼ਾਦ ਲੋਕਮਾਨਯ ਤਿਲਕ, ਸਰਦਾਰ ਵੱਲਭ ਭਾਈ ਪਟੇਲ। ਹਾਂਜੀ ਚਲੋ ਬਹੁਤ ਚੰਗਾ ਲੱਗਿਆ, ਕਿਉਂਕਿ ਬੜੀ ਵਾਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਨਵੇਂ ਬੱਚੇ ਆ ਪੈਰ ਉਖੜਦੇ ਜਾ ਰਹੇ ਆ, ਪਰ ਜਦ ਤੱਕ ਦੀਕਸ਼ਾ ਵਰਗੇ ਹੋਣਹਾਰ ਬੱਚੇ ਨੇ ਔਰ ਉਹਨਾਂ ਦੀ ਸਪੋਰਟ ਕਰਨ ਲਈ ਉਹਨਾਂ ਦੇ ਮਾਂ ਪਿਓ ਆ, ਤਦ ਤੱਕ ਪੰਜਾਬ ਨੂੰ ਕੋਈ ਉਖਾੜ ਨਹੀਂ ਸਕਦਾ, ਹਿੱਲ ਨਹੀਂ ਸਕਦਾ ਪੰਜਾਬ। ਦੀਕਸ਼ਾ ਇੱਕ ਗੱਲ ਮੈਨੂੰ ਹੋਰ ਪਤਾ ਲੱਗੀ, ਕਹਿੰਦੇ ਤੁਸੀਂ ਲਾਈਵ ਸਕੈਚਿੰਗ ਵੀ ਕਰ ਦਿੰਦੇ ਹੋ? ਹਾਂਜੀ ਲਾਈਵ ਮੈਂ ਬਣਾਉਂਦੀ ਹਾਂ, ਜਦੋਂ ਇੱਥੇ CM ਸਾਹਿਬ ਆਏ ਸੀ ਉਦੋਂ ਸਟਾਲ ਲੱਗੇ ਸੀ ਪਿੱਛੇ, ਤੋਂ ਮੈਂ ਬਣਾਈ ਲਾਈਵ ਸਕੈਚਿੰਗ ਕੀਤੀ ਆ, 2-3 ਦਿਨ ਕੀਤੀ ਮੈਂ। ਮੈਂ ਕਿੱਦਾਂ ਮੰਨਣਾ, ਮੇਰੀ ਬਣਾ ਦੂੰਗੇ? ਹਾਂਜੀ ਤੇ ਆਪਾਂ ਫਿਰ ਇੱਕ ਮੈਂ ਹੋਰ ਵਿਊ ਦਿਖਾਉਣਾ ਚਾਹੁੰਦਾ। ਇੱਧਰ ਅੰਦਰ ਹੀ ਰਹਿੰਦੇ ਆ ਦੀਕਸ਼ਾ ਅਤੇ ਦੀਕਸ਼ਾ ਦੀ ਫੈਮਿਲੀ, ਜਦ ਕਿ ਇਹਨਾਂ ਦਾ ਆਪਣਾ ਘਰ ਮਜਾਰੀ ਡੀਂਗਰੀਆਂ ਵਿੱਚ ਬਹੁਤ ਵਧੀਆ ਹੈ, ਫਾਦਰ ਸਾਹਿਬ ਇਹਨਾਂ ਦੇ ਮਸਕਟ ਵਿੱਚ ਹੈ, ਲੇਕਿਨ ਇੱਕ ਤਪੱਸਿਆ ਆ, ਇੱਕ ਮਾਂ ਦੀ ਤਪੱਸਿਆ ਆ ਆਪਣੀ ਬੇਟੀ ਦੇ ਹੁਨਰ ਨੂੰ ਅੱਗੇ ਲੈ ਕੇ ਆਉਣ ਲਈ, ਕਿਉਂਕਿ ਕਿਹਾ ਜਾਂਦਾ ਕਿ ਕਈਆਂ ਦਾ ਹੁਨਰ ਛਿਪ ਜਾਂਦਾ, ਕਈਆਂ ਦਾ ਛੱਪ ਜਾਂਦਾ। ਇਹ ਮਾਂ ਕੋਸ਼ਿਸ਼ ਕਰ ਰਹੀ ਹੈ ਕਿ ਉਸਦੀ ਬੇਟੀ ਦਾ ਹੁਨਰ ਛੱਪ ਜਾਵੇ, ਔਰ ਛੱਪਣਾ ਉਦੋਂ ਆ ਜਦ ਤੁਸੀਂ ਸਾਥ ਦੇਣਾ, ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ, ਤੁਸੀਂ ਕਮੈਂਟ ਕਰ ਦੇਣਾ। ਅਸੀਂ ਅੱਜ ਇੱਥੇ ਸੱਚੇ ਦਿਲੋਂ ਗੱਲ ਕਹੀਏ, ਹੋ ਸਕਦਾ ਕੱਲ੍ਹ ਭਗਵੰਤ ਮਾਨ ਸਾਹਿਬ ਆ ਪਹੁੰਚ ਹੀ ਜਾਣ, ਹੋ ਸਕਦਾ ਵੀਡੀਓ ਨੂੰ ਤੱਕ ਟਰੈਵਲ ਕਰ ਜਾਵੇ। ਚਲੋ ਸਿੰਘ ਨਗਰ ਵਿੱਚ ਹੁਣ ਆਪਾਂ ਇੱਥੇ ਵਰਲਡ ਰਿਕਾਰਡ ਬਣਨਾ, ਪਲੀਜ਼ ਸਾਰੇ ਜ਼ਿਲ੍ਹੇ ਦੇ ਇੱਥੇ ਪਹੁੰਚਣ, ਬਹੁਤ ਮੇਰਾ ਵੀ ਹੌਸਲਾ ਇੱਥੇ ਵੱਧਦਾ ਆ, ਪਲੀਜ਼ ਆਇਓ ਇੱਥੇ ਪਲੀਜ਼ ਜੀ। ਹਾਂਜੀ ਸਾਰੇ ਕਿੰਨੇ ਵਜੇ ਆ ਜਾਣ ਇੱਥੇ ਪਬਲਿਕ? 10:30 ਵਜੇ ਸਵੇਰੇ ਸਾਰੇ। ਹਾਂਜੀ ਸਾਰੇ ਜਿਨ੍ਹਾਂ ਨੂੰ ਜਿਹੜੇ ਜਿਹੜੇ ਸਾਡੀ ਵੀਡੀਓ ਦੇਖਦੇ ਆ ਸਾਰੇ ਪਲੀਜ਼ ਇੱਥੇ ਪਹੁੰਚਣ ਅਤੇ ਦੀਕਸ਼ਾ ਦੀ ਕਲਾ ਨੂੰ ਸਪੋਰਟ ਕਰਨ ਜੀ। ਔਰ 10:30 ਕਿਹਾ ਤਾਂ 10:30 ਪਹੁੰਚ ਜਾਈਏ, ਕਿਉਂਕਿ ਐਡਮਿਨਿਸਟ੍ਰੇਸ਼ਨ ਨੇ ਆਉਣਾ ਆ, DC ਸਾਹਿਬ ਨੇ ਆਉਣਾ, ਵਕਤ ਦੇ ਬਹੁਤ ਪਾਬੰਦ ਹੁੰਦੇ ਆ, ਜੇ 10:30 ਕਿਹਾ ਤਾਂ 10:30 ਉਹਨੀ ਪਹੁੰਚ ਜਾਣਾ, ਲੇਟ ਨਾ ਹੋਈਓ। ਬਹੁਤ ਬਹੁਤ ਸ਼ੁਕਰੀਆ।